ਦਸਮ ਦੁਆਰ ਖੁੱਲ੍ਹਦੇ ਹੀ ਅੱਗੇ ਪ੍ਰਕਾਸ਼ ਹੋ ਜਾਂਦਾ ਹੈ। ਨਾਮ ਜਪਣ ਦੇ ਨਾਲ ਸਰੀਰ ਦੇ ਉੱਤੇ, ਤਨ ਦੇ ਉੱਤੇ ਅੰਮ੍ਰਿਤ ਵਰਖਾ ਹੁੰਦੀ ਹੈ। ਸਿਮਰਨ ਕਰਨ ਦੇ ਨਾਲ ਚਿਹਰੇ ਦੇ ਉੱਤੇ ਰੂਹਾਨੀ ਨੂਰ ਆਉਂਦਾ ਹੈ। ਜਿੰਨੀ ਤਾਕਤ ਨਾਮ ਦੇ ਵਿੱਚ ਹੈ, ਨਾ ਕਿਸੇ ਸਿਆਣੇ ਨਾ ਕਿਸੇ ਜਾਦੂ ਟੂਣੇ ਦੇ ਵਿੱਚ ਹੈ, ਪਰ ਨਾਮ ਦੇ ਉੱਤੇ ਪੂਰਨ ਭਰੋਸਾ ਹੋਣਾ ਚਾਹੀਦਾ ਹੈ। ਸਿਮਰਨ ਕਰਨ ਦੇ ਨਾਲ ਮਨ ਵਿਚਾਰ ਰਹਿਤ ਹੁੰਦਾ ਹੈ। ਅੰਮ੍ਰਿਤ ਵੇਲੇ ਸਿਮਰਨ ਕਰਨ ਦੇ ਨਾਲ ਮਨ ਜਲਦੀ ਸ਼ਬਦ ਦੇ ਵਿੱਚ ਜੁੜ ਜਾਂਦਾ ਹੈ। ਗੁਰਬਾਣੀ ਦੇ ਵਿੱਚ ਬਹੁਤ ਵੱਡਾ ਖਜ਼ਾਨਾ ਲੁਕਿਆ ਹੈ, ਜਿਸ ਉੱਤੇ ਗੁਰੂ ਸਾਹਿਬ ਜੀ ਖੁਸ਼ ਹੁੰਦੇ ਨੇ, ਉਹਨਾਂ ਨੂੰ ਉਹ ਖਜ਼ਾਨਾ ਬਖਸ਼ ਦਿੰਦੇ ਨੇ। ਨਾਮ ਮਨ ਨੂੰ ਕਾਲ ਦੇ ਇਲਾਕੇ ਵਿੱਚੋਂ ਕੱਢ ਕੇ ਥਿਰ ਘਰ ਦੇ ਵਿੱਚ ਲੈ ਜਾਂਦਾ ਹੈ। ਥਿਰ ਹੋਏ ਮਨ ਨੂੰ ਅਨਹਦ ਸ਼ਬਦ ਸੁਣਾਈ ਦਿੰਦੇ ਨੇ। ਅਨਹਦ ਸ਼ਬਦਾਂ ਦੀ ਸੇਵਾ ਨਾਲ ਹੀ ਮਾਲਕ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਨਾਮ ਸਿਮਰਨ ਕਰਨ ਵਾਲੇ ਜੀਵ ਨੂੰ ਗੁਰਮੁਖਾਂ ਦੀ ਸੰਗਤ ਕਰਨੀ ਚਾਹੀਦੀ ਹੈ। ਕੋਈ ਵੀ ਰੁਕਾਵਟ ਜਾਂ ਅਵਸਥਾ ਬਣਨ ਤੇ ਇੱਕ ਨਾਮੀ ਦੂਜੇ ਨਾਮੀ ਦੇ ਨਾਲ ਖੁੱਲ੍ਹ ਕੇ ਵਿਚਾਰ ਕਰ ਸਕਦਾ ਹੈ। ਨਾਮ ਵਿੱਚ ਧਿਆਨ ਲਾਉਣ ਵਾਲੇ ਜੀਵ ਦੀ ਦਿਬੇ ਨਾਸਕਾ ਖੁੱਲ੍ਹ ਜਾਂਦੀ ਹੈ। ਨਾਮ ਪ੍ਰਗਟ ਹੋਣ ਤੇ ਕਾਲ ਆਪਣਾ ਪਹਿਰਾ ਵੀ ਵਧਾ ਦਿੰਦਾ ਹੈ। ਕਾਲ ਦਾ ਕਿਲਾ ਤੋੜਨ ਲਈ ਰਸਨਾ ਉੱਤੇ ਹਮੇਸ਼ਾ ਹੀ ਵਾਹਿਗੁਰੂ ਨਾਮ ਰੱਖੋ। ਰੋਜ਼ਾਨਾ ਨਾਮ ਸੁਣਨ ਦੇ ਨਾਲ ਮਨ ਨਿਰਮਲ ਹੋ ਜਾਂਦਾ ਹੈ। ਨਾਮ ਸਿਮਰਨ ਕਰਨ ਵਾਲੇ ਨੂੰ ਦੁਨੀਆ ਭੋਲਾ, ਸ਼ਰੀਫ ਜਾਂ ਪਾਗਲ ਸਮਝ ਸਕਦੀ ਹੈ। ਧਿਆਨ ਦੇ ਵਿੱਚ ਬੈਠਣ ਦੇ ਨਾਲ ਸੱਤ ਚੱਕਰਾਂ ਦਾ ਬੈਲੈਂਸ ਠੀਕ ਹੁੰਦਾ ਹੈ। ਸਿਮਰਨ ਕਰਨ ਦੇ ਨਾਲ ਸੂਖਮ ਰੂਹਾਂ ਦਾ ਵੀ ਭਲਾ ਹੁੰਦਾ ਹੈ, ਜੋ ਕੋਲ ਆ ਕੇ ਬੈਠਦੀਆਂ ਨੇ। ਸਿਮਰਨ ਕਰਨ ਤੋਂ ਬਾਅਦ ਨਾਮ ਦੇ ਵਿੱਚ ਧਿਆਨ ਜੋੜਨ ਨਾਲ ਦਸਮ ਦੁਆਰ ਖੁੱਲ੍ਹ ਜਾਂਦਾ ਹੈ।